ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਚੋਣ ਅਖਾੜਾ ਭਖਦਾ ਜਾ ਰਿਹਾ ਹੈ। ਜੇਕਰ ਗੱਲ ਜਲਾਲਾਬਾਦ ਦੀ ਕੀਤੀ ਜਾਵੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਥੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖਾਂ ਵੱਲੋਂ ਆਪਣੇ ਅਕਾਲੀ ਉਮੀਦਵਾਰ ਡਾਕਟਰ ਰਾਜ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਮੀਟਿੰਗ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਰਾਜ ਸਿੰਘ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਦਾਅਵਾ ਕੀਤਾ ਹੈ ਕਿ ਜਲਾਲਾਬਾਦ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਵੇਗੀ। ਅਕਾਲੀ ਉਮੀਦਵਾਰ ਡਾਕਟਰ ਰਾਜ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ 50,000 ਤੋਂ ਵੱਧ ਲੀਡ ਹੋਵੇਗੀ। ਅਸੀਂ ਘੱਟ ਤੋਂ ਘੱਟ 5-6 ਪਿੰਡਾਂ ਦੇ ਵਿੱਚ ਗਏ ਅਤੇ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ, ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ। ਇਹ ਜਿਹੜੀ ਸੀਟ ਹੈ ਅਸੀਂ ਘੱਟ ਤੋਂ ਘੱਟ 50,000 ਦੀ ਲੀਡ ਨਾਲ ਜਿੱਤ ਕੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੋਣ 'ਚ ਪਾਵਾਂਗੇ। ਸਾਡੇ ਅਸੀਂ 16 ਜੋਨਾਂ ਦੇ ਵਿੱਚ ਸਾਰੇ ਜਲਾਲਾਬਾਦ ਹਲਕੇ 8 ਜੋਨ ਜਿਹੜੇ ਹੈ ਉਹ ਅਸੀਂ ਅੱਜ ਕੱਢਣੇ ਆ। ਇਸ ਤੋਂ ਪਹਿਲਾਂ 4 ਜੋਨ ਕੱਢ ਚੁੱਕੇ ਹੈ, ਬਹੁਤ ਤਕੜਾ ਹੁੰਗਾਰਾ। ਹਾਲਾਂਕਿ ਅਸੀਂ ਮੇਨ ਬੰਦੇ ਜਿਹੜੇ ਹੈ ਉਹ ਪਿੰਡਾਂ 'ਚੋਂ ਬੁਲਾਏ ਹੈ ਅਤੇ ਬਹੁਤ ਵਧੀਆ ਹੁੰਗਾਰਾ ਹੈ। ਐਂ ਲੱਗਦਾ ਕਿ 50,000 ਤੋਂ ਵੀ ਉੱਪਰ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।